ਅੱਜ ਸੁਖਦੇਵ ਸਿੰਘ ਢੀਂਡਸਾ ਦੇ ਗ੍ਰਹਿ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ਕੁਲਦੀਪ ਸਿੰਘ ਭੋਗਲ, ਵਕੀਲ ਪ੍ਰਸੰਨ ਕੁਮਾਰ ਅਤੇ ਹੋਰ ਅਹਿਮ ਸ਼ਖਸੀਅਤਾਂ ਨੇ 1984 ਕਾਨਪੁਰ ਵਿੱਚ ਮਾਰੇ ਗਏ 127 ਸਿੱਖਾਂ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਦੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਅਪੀਲ ਕੀਤੀ ਹੈ। ਦੇਖੋ, ਗੱਲ ਇਹ ਸੀ, ਅੱਜ ਖੁਸ਼ੀ ਦਾ ਦਿਨ ਹੈ ਕਿ ਬਹੁਤ ਦੇਰ ਤੋਂ ਲੜਾਈ ਲੜੀ ਜਾ ਰਹੀ ਸੀ ਕਿ ਦਿੱਲੀ ਤੋਂ ਬਾਅਦ 1984 ਵਿੱਚ ਸਭ ਤੋਂ ਵੱਧ ਕਤਲੇਆਮ ਜੋ ਹੋਇਆ ਉਹ ਯੂਪੀ 'ਚ ਕਾਨਪੁਰ ਹੋਇਆ, ਔਰ ਉਹਦੀ ਲੜਾਈ ਲੜੀ ਤਾਂ ਬਹੁਤ ਢੰਗ ਨਾਲ ਵਿਚਾਰੇ ਕੁਲਦੀਪ ਸਿੰਘ ਭੋਗਲ ਨੇ, ਪਰ ਇਹਨੂੰ ਸਾਰਿਆਂ ਨੇ ਮਦਦ ਕੀਤੀ, ਅਸੀਂ ਵੀ ਕੀਤੀ, ਦਿੱਲੀ ਕਮੇਟੀ ਨੇ ਵੀ ਕੀਤੀ, ਹੋਰਾਂ ਨੇ ਵੀ ਕੀਤੀ, ਇਨਸਾਫ ਪਸੰਦ ਪਾਰਟੀਆਂ ਨੇ ਵੀ ਕੀਤੀ, ਸ਼੍ਰੋਮਣੀ ਅਕਾਲੀ ਦਲ ਨੇ ਵੀ ਜਿੰਨੀ ਕੁ ਹੋ ਸਕਦਾ ਅਸੀਂ ਕੀਤੀ ਇਹਦੀ। ਇਸ ਕਰਕੇ ਅਸੀਂ ਕੋਸ਼ਿਸ਼ ਕੀਤੀ ਆ ਕਿ ਇਹਦੀ ਮਦਦ ਕਰ ਸਕੀਏ, ਲੇਕਿਨ ਕ੍ਰੈਡਿਟ ਸਾਰਾ ਇਹਨਾਂ ਨੂੰ ਜਾਂਦਾ। ਅਸੀਂ ਧੰਨਵਾਦ ਕੀਤਾ ਜਦੋਂ ਪ੍ਰਧਾਨ ਮੰਤਰੀ ਸਾਹਿਬ ਨੇ ਇਹ ਲੈ ਕੇ ਗਏ, ਜਦੋਂ ਉਹਨੇ ਇੱਕੋ ਲਖਤ ਕਿਹਾ ਵਿਸਿਆਰਾਂ ਕਿ ਮੈਂ ਚਿੱਠੀਆਂ ਪਹਿਲੇ ਚੀਫ ਮਿਨਿਸਟਰ ਨੂੰ ਵੀ ਲਿਖੀਆਂ, ਇਹਨੂੰ ਵੀ ਲਿਖੀਆਂ, ਪਰਸਨਲੀ ਵੀ ਗੱਲ ਕੀਤੀ, ਅਸੀਂ ਅਖਿਲੇਸ਼ ਯਾਦਵ ਨੂੰ ਮਿਲ ਕੇ ਆਏ, ਹੋਮ ਮਿਨਿਸਟਰ ਸਾਹਿਬ ਰਾਜਨਾਥ ਜੀ ਨੂੰ ਮਿਲੇ, ਉਹਨਾਂ ਬਹੁਤ ਅੱਛੇ ਰਿਸਪੋਂਸ ਦਿੰਦੇ ਰਹੇ, ਲੇਕਿਨ ਸਿਰੇ ਨਾਲ ਗੱਲ ਲੱਗੀ ਅਤੇ ਪ੍ਰਧਾਨ ਮੰਤਰੀ ਜੀ ਜਿੰਨੇ ਇਹਨਾਂ ਨੇ ਜਿਵੇਂ ਦੱਸਿਆ ਇਹਨਾਂ ਨੇ ਕੀਤਾ, ਤਾਂ ਉਦੋਂ ਉਹਨਾਂ ਨੇ ਉਹ ਤੇ ਅਸਰ ਕੀਤਾ ਸਾਰਾ। ਵਿਦਇਨ 6 ਮੰਥ ਮੈਨੂੰ ਨਾ ਜੀ ਬੜੀ ਲੰਬੀ ਲੜਾਈ 34 ਸਾਲ ਲੜੀ ਹੈ, ਭਾਵੇਂ ਉਹ ਦਿੱਲੀ ਸੀ, ਭਾਵੇਂ ਬੁਖਾਰੋ ਸੀ, ਕਾਨਪੁਰ ਸੀ। ਸਭ ਤੋਂ ਵੱਡੀ ਗੱਲ ਇਹ ਕਿ ਇਸ ਲੜਾਈ ਦੇ ਵਿੱਚ ਪਹਿਲੇ ਮੈਂ ਉਹ ਇੱਕ ਯਾਚਕਾ ਪਾਈ ਸੀ, ਉਹ ਕੈਂਸਲ ਹੋ ਗਈ, ਫਿਰ ਜਨ ਹਿੱਤ ਯਾਚਕਾ ਪਾਈ, ਉਹਦੇ ਨਾਲ ਮੈਨੂੰ ਇਹ ਹੋਇਆ ਕਿ ਉਹ ਜਨ ਹਿੱਤ ਯਾਚਕਾ ਉਹਨਾਂ ਨੇ ਰੱਖ ਲਈ ਅਤੇ 3 ਜੱਜਾਂ ਦੀ ਬੈਂਚ ਬਣ ਗਈ। ਜਿਹੜੀ 3 ਜੱਜਾਂ ਦੀ ਬੈਂਚ ਬਣੀ ਉਹਨੇ 2 ਗੱਲਾਂ ਕੀਆਂ ਕਿ ਯੂਪੀ ਸਰਕਾਰ ਸਟੇਟਸ ਰਿਪੋਰਟ ਦੇ ਅਤੇ ਕੇਂਦਰ ਦੀ ਸਰਕਾਰ ਰਿਪੋਰਟ ਦੇ। ਕੇਂਦਰ ਦੀ ਸਰਕਾਰ ਨੇ ਰਿਪੋਰਟ ਦੇ ਦਿੱਤੀ ਕਿ ਸਾਨੂੰ ਕੋਈ ਇਤਰਾਜ਼ ਨਹੀਂ SIT ਦਾ ਗਠਨ ਯੂਪੀ ਸਰਕਾਰ ਕਰੇ ਔਰ ਫੌਰਨ ਕਰੇ, ਮਗਰ ਉਹਨਾਂ ਨੇ 2.5 ਸਾਲ ਲਗਾ ਦਿੱਤੇ, ਅੱਜ ਜਾ ਕੇ SIT ਦਾ ਗਠਨ ਹੋਇਆ। ਮੈਂ ਧੰਨਵਾਦ ਕਰਦਾ ਪ੍ਰਧਾਨ ਮੰਤਰੀ ਮੋਦੀ ਸਾਹਿਬ ਦਾ, ਮੈਂ ਧੰਨਵਾਦ ਕਰਦਾ ਰਾਜਨਾਥ ਜੀ ਦਾ, ਔਰ ਸਭ ਤੋਂ ਜ਼ਿਆਦਾ ਧੰਨਵਾਦ ਕਰਦਾ ਯੂਪੀ ਦੇ ਮੁੱਖ ਮੰਤਰੀ ਯੋਗੀ ਜੀ ਦਾ, ਜਿਨ੍ਹਾਂ ਨੇ ਵਾਜਪਾਈ ਆਪਣਾ ਮੋਦੀ ਸਾਹਿਬ ਦੇ ਕਹਿਣ ਦੇ ਉੱਤੇ ਜਦ ਮੈਂ ਮਿਲਿਆ 13 ਜਨਵਰੀ ਨੂੰ, ਉਸ ਤੋਂ ਬਾਅਦ ਇਹਦੇ ਵਿੱਚ ਤੇਜ਼ੀ ਆਈ ਔਰ ਅੱਜ ਜਾ ਕੇ ਜਨ ਹਿੱਤ ਯਾਚਕਾ ਜਿਹਦੇ ਸੁਣਵਾਈ ਹੋਣੀ ਸੀ 2 ਦਿਨ ਬਾਅਦ, ਉਹ ਜਾ ਕੇ ਯੂਪੀ ਸਰਕਾਰ ਨੇ SIT ਦਾ ਗਠਨ ਕਰ ਦਿੱਤਾ। ਹੁਣ ਜਿਹੜੇ 127 ਲੋਕਾਂ ਦੇ ਕਾਤਲ ਹਨ ਉਹ 34 ਬੰਦੇ ਉਹ ਜੇਲ੍ਹ ਦੀਆਂ ਸਲਾਖਾਂ ਜਾਣਗੇ। ਮੈਨੂੰ ਜਿੰਨੇ ਸਹਿਯੋਗ ਕੀਤਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ, ਦਿੱਲੀ ਗੁਰਦੁਆਰਾ ਕਮੇਟੀ ਦਾ ਵੀ ਧੰਨਵਾਦ ਕਰਦਾ, ਸਰਦਾਰ ਢੀਂਡਸਾ ਦਾ ਵੀ ਧੰਨਵਾਦ ਕਰਦਾ, ਹੋਰ ਜਿਹੜੇ ਜਿਤਨੇ ਇਹਨਾਂ 34 ਸਾਲਾਂ ਵਿੱਚ ਜਿਹੜੇ ਬੰਦੇ ਆਏ ਉਹਨਾਂ ਦਾ ਮੈਂ ਧੰਨਵਾਦ ਕਰਦਾ। ਮੈਨੂੰ ਕੋਈ ਨਾ ਮੈਂ ਕਿਸੇ ਦੇ ਖਿਲਾਫ਼ ਬੋਲਦਾ, ਜਿਹਨੇ ਕੀਤਾ ਮੇਰੇ ਵਾਸਤੇ ਨਹੀਂ ਕੀਤਾ, ਉਹਨਾਂ ਪੀੜਤਾਂ ਵਾਸਤੇ ਕੀਤਾ ਜਿਨ੍ਹਾਂ ਨੇ ਆਪਣੀਆਂ ਜਾਨਾਂ ਦਿੱਤੀਆਂ, ਉਸ ਪਗੜੀ ਵਾਲੇ ਵਾਸਤੇ ਕੀਤਾ ਜਿਨ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਖਾਲਸਾ ਪੰਥ ਸਜਾਇਆ ਸੀ, ਉਹ ਉਹਨਾਂ ਦੀਆਂ ਜਾਨਾਂ ਗਈਆਂ ਸੀ। ਮੇਰਾ ਕੋਈ ਪਰਸਨਲ ਮਾਮਲਾ ਨਹੀਂ ਸੀ, ਨਾ ਮੈਂ ਕਿਸੇ ਨੂੰ ਕੁਛ ਕਹਿੰਦਾ, ਨਾ ਮੇਰੇ ਵਾਸਤੇ ਕਿਸੇ ਨੇ ਕੀ ਕੀਤਾ, ਜੇ ਮੇਰੇ ਕੋਲ ਰੱਬ ਨੇ ਦਿੱਤਾ ਸੀ ਤਾਂ ਮੈਂ ਕੀਤਾ। ਹੈ ਗਵਾਹਾਂ ਨੂੰ ਅਸੀਂ ਲੈ ਗਏ, ਗਵਾਹਾਂ ਨੂੰ ਕਹਾਂਗੇ ਅਸੀਂ ਐਡ ਦੇਵਾਂਗੇ ਅਖਬਾਰਾਂ ਦੇ ਵਿੱਚ, ਜਿਹੜੇ ਗਵਾਹ ਨੂੰ ਠੋਕ ਕੇ ਗਵਾਹੀ ਦੇਣ। ਮੈਂ ਜਾ ਰਿਹਾ, ਮੇਰੇ ਵਕੀਲ ਸਾਹਿਬ ਪ੍ਰਸੰਨ ਕੁਮਾਰ ਇਹ ਮੇਰੇ ਨਾਲ ਜਾ ਰਹੇ ਹਨ, ਉੱਥੇ ਅਸੀਂ ਗਵਾਹ ਅਤੇ ਜਿਹੜੇ 20-22 ਹੈਗੇ ਹਨ ਉਹਨਾਂ ਨੂੰ ਤਾਂ ਮਿਲਾਂਗੇ। ਉੱਥੇ ਅਸੀਂ ਸਾਰੀ ਥਾਣਿਆਂ 'ਚ ਜਾਵਾਂਗੇ, ਉੱਥੋਂ ਸਾਰੇ ਕਾਗਜ਼ ਇਕੱਠੇ ਕਰਕੇ ਜਿਹੜੇ ਸਾਡੇ ਕੋਲ ਇਹ ਕਰਨਗੇ, ਆਪਾਂ ਵਕੀਲਾਂ ਦੀ ਟੀਮ ਲੈ ਕੇ ਜਾਵਾਂਗੇ, ਉੱਥੇ ਇਹ ਸਾਰਾ ਕੁਛ ਹੋਏਗਾ। ਮੈਂ ਪ੍ਰਸੂਨ ਕੁਮਾਰ ਐਡਵੋਕੇਟ ਸੁਪਰੀਮ ਕੋਰਟ। ਮੈਂ ਇਹ 1984 ਸਿੱਖ ਦੰਗੇ ਕਾ ਕੇਸ ਜੋ ਕਾਨਪੁਰ ਮੇਂ ਹੁਆ ਥਾ ਵੋ ਸੁਪਰੀਮ ਕੋਰਟ ਮੇਂ ਮੈਨੇ ਜਨਹਿਤ ਯਾਚਕਾ ਡਾਲੀ ਹੋਈ ਹੈ, ਜਿਸ ਮੇਂ ਇਹ ਸੁਣਵਾਈ ਚੱਲ ਰਹੀ ਹੈ, ਜਿਸ ਮੇਂ ਹਮਨੇ SIT ਕੇ ਗਠਨ ਕੇ ਲੀਏ ਆਨਰੇਬਲ ਸੁਪਰੀਮ ਕੋਰਟ ਸੇ ਰਿਕੁਐਸਟ ਕੀਆ ਥਾ ਕਿ ਕਾਨਪੁਰ ਸਿੱਖ ਦੰਗੇ ਕੇ ਜਾਂਚ SIT ਸੇ ਕਰਾਈ ਜਾਏ। ਆਨਰੇਬਲ ਸੁਪਰੀਮ ਕੋਰਟ ਨੇ ਉਸ ਮੇਂ ਕੇਂਦਰ ਸਰਕਾਰ ਕੋ ਔਰ ਯੂਪੀ ਸਰਕਾਰ ਕੋ ਟਾਈਮ ਦਿਆ ਥਾ ਕਿ ਵੋ ਆਪਣੀ ਸਟੇਟਸ ਰਿਪੋਰਟ ਫਾਈਲ ਕਰੇ। ਕੇਂਦਰ ਸਰਕਾਰ ਨੇ ਆਪਣੀ ਸਟੇਟਸ ਰਿਪੋਰਟ ਮੇਂ ਇਹ ਬਾਤ ਬਤਾ ਦੀ ਥੀ ਕਿ ਹਮੇਂ SIT ਗਠਨ ਸੇ ਕੋਈ ਇਤਰਾਜ਼ ਨਹੀਂ ਹੈ, ਲੇਕਿਨ ਯੂਪੀ ਸਰਕਾਰ ਨੇ ਅਭੀ ਤੱਕ ਨਹੀਂ ਦਿਆ ਥਾ। ਕੱਲ ਯੂਪੀ ਸਰਕਾਰ ਕੀ ਤਰਫ ਸੇ ਵੀ SIT ਕੇ ਗਠਨ ਕਾ ਆਦੇਸ਼ ਆ ਗਿਆ ਹੈ, ਜਿਸ ਮੇਂ ਉਹਨਾਂ ਨੇ 4 ਮੈਂਬਰ ਕੀ ਕਮੇਟੀ ਬਣਾਈ ਹੈ ਔਰ SIT ਕਾ ਕਾਰਯਕਾਲ 6 ਮਹੀਨੇ ਕਾ ਦਿਆ ਹੈ, ਜਿਸ ਮੇਂ ਕਿ ਇਸਕੋ ਰੀ ਇਨਵੈਸਟੀਗੇਟ ਕਰਨੇ ਕੇ ਜਿਤਨੇ ਵੀ ਕਾਨਪੁਰ ਸਿੱਖ ਦੰਗੇ ਕੇ ਮੈਟਰ ਹੈ ਉਸਮੇਂ ਰੀ ਇਨਵੈਸਟੀਗੇਟ ਕਰਨੇ ਕੇ ਲੀਏ SIT ਕੋ ਆਥੋਰਾਈਜ਼ ਕੀਆ ਗਿਆ ਹੈ। ਯੇ
इस पिटीशन की कंप्लीटमेंट है, इस पिटीशन की कंप्लीशन है और अब शायद कानपुर के सिख दंगों के जो आरोपी हैं वो सजा उनको मिलेगी और जो पीड़ित हैं उनको राहत मिलेगी।